ਕਹਿੰਦੇ ਕਿੱਥੇ ਆ ਗਏ? ਕਹਿੰਦੇ ਉੱਥੇ ਹੀ ਆ ਗਏ ਜਿੱਥੇ 23 ਸਤੰਬਰ 2021 ਨੂੰ ਆਏ ਸੀ। ਆਹ ਮਾਸਕ ਦੇਖ ਲਓ ਕਿਹੋ ਜਿਹਾ ਲਵਾ ਤਾ ਇੱਥੇ। ਅਸੀਂ ਮਾਸਕ ਨਹੀਂ ਲੈ ਕੇ ਆਏ ਕਿਉਂਕਿ ਇੱਥੇ ਮਾਸਕ ਆ ਜਿਹੜੇ ਲਵਾ ਦਿੱਤੇ ਗਏ ਆ ਹੁਣ ਤਾਂ ਓਨਟਾਰੀਓ ਦੇ ਵਿੱਚ, ਪਰ ਇੱਥੇ ਕਹਿੰਦੇ ਵੀ ਤੁਹਾਨੂੰ ਮਾਸਕ ਖਰੀਦਣਾ ਹੀ ਪਊਗਾ। ਵੇਖ ਲਓ ਕਿਹੋ ਜਿਹਾ ਮਾਸਕ ਦੇ ਤਾ। ਅਤੇ ਮੇਰੇ ਪਿੱਛੇ ਤੁਸੀਂ ਜਹਾਜ਼ ਖੜ੍ਹੇ ਦੇਖ ਸਕਦੇ ਹੋ। ਇਹ ਆ ਜੀ ਟੋਰਾਂਟੋ ਪੀਅਰਸਨ ਏਅਰਪੋਰਟ, ਉਹ ਦੇਖੋ KLM ਦਾ ਜਹਾਜ਼ ਖੜ੍ਹਾ। ਅਤੇ ਅਸੀਂ ਜਾ ਰਹੇ ਹਾਂ ਟੋਰਾਂਟੋ UP ਐਕਸਪ੍ਰੈਸ 'ਤੇ। ਇਹ ਜਿਹੜੀ UP ਐਕਸਪ੍ਰੈਸ ਆ ਭਾਈ, ਇਹ ਇੰਡੀਆ ਵਾਲੀ UP ਐਕਸਪ੍ਰੈਸ ਨਹੀਂ, ਇਹ ਹੈਗੀ ਆ ਯੂਨੀਅਨ ਪੀਅਰਸਨ ਐਕਸਪ੍ਰੈਸ। ਅਤੇ $9 ਟਿਕਟ ਹੈ ਇਹਦੀ, ਟੋਰਾਂਟੋ ਪੀਅਰਸਨ ਏਅਰਪੋਰਟ ਤੋਂ ਚੱਲਦੀ ਆ। ਅੱਜ ਦਾ ਮੇਰਾ ਵਲੋਗ ਬਣਾਉਣ ਦਾ ਮਕਸਦ ਇਹ ਆ ਟ੍ਰੇਨ ਦੇ ਵਿੱਚ ਕਿ ਕੁਛ ਕਬੀਰ ਭਰਾਵਾਂ ਨੇ ਆਖਿਆ ਸੀ ਵੀ ਕਨੇਡਾ ਦੀ ਟ੍ਰੇਨ ਦਿਖਾ, ਅਤੇ ਇਸੇ ਕਰਕੇ ਆਪਾਂ ਬਣਾ ਰਹੇ ਹਾਂ ਇਹ ਵਲੋਗ। 1 ਮਿੰਟ ਅਤੇ 51 ਸਕਿੰਟਾਂ ਨੂੰ ਚੱਲ ਪਊ। ਅਤੇ ਜੇ ਇੱਥੇ ਆਪਾਂ ਟ੍ਰੇਨ 'ਤੇ ਚੜ੍ਹਨਾ, ਜਿਹੜਾ ਬੱਸ 'ਚ ਆਪਾਂ ਪ੍ਰੈਸਟੋ ਟੈਪ ਕਰਦੇ ਹੁੰਦੇ ਹਾਂ, ਉਹੀ ਪ੍ਰੈਸਟੋ ਆ ਜਿਹੜਾ ਉਹ ਟੈਪ ਹੋ ਜਾਂਦਾ, ਉਹ ਸਾਹਮਣੇ ਜਿਹੜਾ ਨੀਲੇ ਰੰਗ ਦਾ ਟੈਪ ਹੋ ਜਾਂਦਾ। ਆਹ ਦੇਖੋ ਕਿਹੋ ਜਿਹਾ ਮਾਸਕ ਲਗਾਤਾ ਇਹਨਾਂ ਨੇ, ਦੇਖੋ ਲੈ ਜਿਹੜਾ ਵੀ ਮਜ਼ਾ ਆ ਗਿਆ ਮਾਸਕ ਦਾ, ਸਾਹ ਆਉਂਦਾ ਵਿੱਚ ਨਾ ਵਾ। ਅਤੇ ਭੀੜ ਦੇ ਮਾਮਲੇ 'ਚ ਬਈ ਇੱਥੇ ਵੀ ਇੰਡੀਆ ਵਾਲਾ ਹਾਲ ਹੀ ਆ, ਭੀੜ ਬਹੁਤ ਆ ਟ੍ਰੇਨ ਦੇ ਵਿੱਚ। ਬੈਠਣ ਨੂੰ ਜਗ੍ਹਾ ਕੋਈ ਕੋਈ ਸੀਟ ਹੀ ਸੀਗੀ, ਆਪਾਂ ਨੂੰ ਚਾਹੀਦੀ ਵਿੰਡੋ ਸੀਟ, ਉਹ ਮਿਲੀ ਨਹੀਂ ਕਿਉਂਕਿ ਆਪਾਂ ਵੀਡੀਓ ਬਣਾਉਣੀ ਆ। ਆਹ ਪੀਅਰਸਨ ਏਅਰਪੋਰਟ ਆ, ਸੀਟ ਲੈ ਲਈ ਆ ਵਿੰਡੋ ਵਾਲੀ। ਆਹ ਦੇਖੋ ਗ੍ਰੀਨਰੀ ਗ੍ਰੀਨਰੀ, ਆਪਣੇ ਇੰਡੀਆ ਵਾਲਿਆਂ ਦਾ ਦਰੱਖਤ ਪੜ ਪੜ ਪਰਾਂ ਮਾਰੇ ਤਾਂ ਮੀਂਹ ਨਹੀਂ ਆਉਂਦਾ। ਅੱਜ ਇੱਥੇ ਮੌਸਮ ਵੀ ਬੜਾ ਘੈਂਟ ਆ, ਮੀਂਹ ਵਾਲਾ ਮੌਸਮ ਆ, ਕਿਤੇ ਕਿਤੇ ਧੁੱਪ ਨਿਕਲ ਆਉਂਦੀ ਆ, ਸਿਰਾ ਜਿਹਾ ਮੌਸਮ ਆ ਪਿਆ। ਦੇਖੋ ਕਿੰਨਾ ਘੈਂਟ ਮੌਸਮ, ਆਹ ਦੇਖੋ ਦਰੱਖਤ ਹੀ ਦਰੱਖਤ, ਨਾਲੇ ਮੇਨ ਇਹ ਟੋਰਾਂਟੋ ਅਤੇ ਬਰੈਂਪਟਨ ਦੇ ਵਿਚਾਲੇ ਕਦਾ ਏਰੀਆ ਜਾਗਾ ਹੈ, ਅਤੇ ਫਿਰ ਵੀ ਵੇਖੋ ਇੰਨੇ ਦਰੱਖਤ। ਮੁੜ ਕੇ ਇੰਡੀਆ ਵਾਲੇ ਕਹਿੰਦੇ ਵੀ
तापमान बढ़ गया तो मीह नहीं आता तो ये नहीं वो नहीं तो दरख्त एक नहीं रहन देना मीह कितों आ गया गल च पा के मास्क आप बैठे विंडो सीट के ओ देखो की बफारे भूरे ला रखे ओ पता नहीं की कोर स्टेडियम सामने स्टेडियम है कोर पता नहीं की है देखो नजारा दस फुल आता कि नहीं ट्रेन पहुँच चुकी है वैस्टर्न स्टेशन पर पहला स्टेशन है वैस्टर्न दूजा बलूर ते तीजा जड़ा होगा वह होगा यूनियन स्टेशन जड़ा जिते कि आप उतरना पता नहीं कहते ਕਿੰਨੀ ਵਧੀਆ ਕੰਧ ਪੇਂਟ ਕੀਤੀ ਹੋਈ ਦੇਖੋ ਭਾਈ ਬਲੂਰ ਵਾਲਾ ਸਟੇਸ਼ਨ ਆ ਗਿਆ ਇਸ ਤਰ੍ਹਾਂ ਬਲੂਰ ਆ ਪਿੰਡਾਂ ਵਾਲੇ ਹਿਸਾਬ ਨਾਲ ਇਹ ਬੁੜੀਆਂ ਬੜੀਆਂ ਨੇ ਇੱਥੇ ਟ੍ਰੇਨ ਚੜ੍ਹਦੇ ਆ ਬਲੂਰ ਵਾਲੇ ਸਟੇਸ਼ਨ 'ਤੇ ਭਾਈ ਕਿੱਥੇ ਕੁ ਜੇ ਕਰਕੇ ਬਲੂਰ ਵਾਲਾ ਸਟੇਸ਼ਨ ਆ ਗਿਆ सीट मिली है हूँ बैठा सी तो मैं तो पहले भी बैठा सी यूनियन स्टेशन आ गया तो आप इतने आ उतरना वो जी हरे रंग की ट्रेन आती है कहते गो ट्रेन कहते उतरन तो बाद प्रेस टोन जरा फिर टैप करना इतों का तो स्टेशन भी इंडिया के एयरपोर्ट नाल दा हम प्रेस तो दोबारे टैप करे तो पता नहीं की होगा पर यह जरूरी गल आ भी उतरन सार कहते प्रेस तो दोबारे टैप करना देखते आप करके कितने होर पैसे ना कट्टे जान कुछ भी नहीं हो 9.25 डॉलर रास्ते भी थोड़े लगे आ ਇਹ ਹੈ ਜੀ ਯੂਨੀਅਨ ਸਟੇਸ਼ਨ ਟੋਰਾਂਟੋ ਦਾ ਯੂਪੀ ਯੂਨੀਅਨ ਆਹਾ ਘਟੀਆ ਮਾਸਕ ਇਹਦੀਆਂ ਇੰਨੀਆਂ ਤਲੀਆਂ ਉਹ ਆ ਨਾ ਕਸਮੀਆਂ ਕਾਨੀ ਦੂਹਾਂ ਲਾਤੇ ਨੇ ਤਾਂ ਕਰਕੇ ਹੁਣ ਲਾਇਆ ਵੇਖ ਲਓ ਕਹਿ ਜਾ ਮਾਸਕ ਵਾਲੇ ਆਹ ਦੇਖੋ ਤੁਸੀਂ ਉਹਨੂੰ ਛੱਡੋ ਮਾਸਕ ਨੂੰ ਆਹ ਦੇਖੋ ਯੂਨੀਅਨ ਸਟੇਸ਼ਨ ਜੀ ਟੋਰਾਂਟੋ ਦਾ ਉੱਧਰੋਂ ਟਿਕਟਾਂ ਟੁਕਟਾਂ ਮਿਲਦੀਆਂ ਟਿਕਟ ਬਿਲਸ ਆਪਾਂ ਪਹੁੰਚ ਚੁੱਕੇ ਹਾਂ ਟੋਰਾਂਟੋ ਯੂਨੀਅਨ ਸਟੇਸ਼ਨ ਮਾਸਕ ਆ ਕੱਢ ਦੇ ਤੂੰ ਵੀ ਇਹ ਵੀ ਵਲੌਗ 'ਚ ਆਉਣ ਦਾ ਇੱਛੁਕ ਸੀਗਾ ਤਾਂ ਕਰਕੇ ਫਿਰ ਇਹਨੂੰ ਵੀ ਲਿਆਉਂਦਾ ਗਿਆ ਇਹਦੇ ਘਰ ਦੇ ਕਹਿੰਦੇ ਵੀ ਤੂੰ ਵੀਡੀਓ ਵੂਡੀਓ ਨਹੀਂ ਪਾਉਂਦਾ ਮੈਂ ਕਿਹਾ ਚੱਲ ਫਿਰ ਮੇਰੇ ਨਾਲ ਤੈਨੂੰ ਟੋਰਾਂਟੋ ਘੁੰਮਾ ਦੀ ਨਾਲੇ ਤੇਰੀ ਵੀਡੀਓ ਬਣਾ ਦਿਆਂ ਨਾਲ ਨਾਲੇ ਪੂਰਾ ਫੇਮ ਤੈਨੂੰ ਮਿਲ ਜੂਗਾ ਅਤੇ ਟੋਰਾਂਟੋ ਯੂਨੀਅਨ ਸਟੇਸ਼ਨ ਹੈ ਟੋਰਾਂਟੋ ਦੇ ਡਾਊਨ ਟਾਊਨ ਦੇ ਵਿੱਚ ਹੈ ਇੱਥੇ ਸਾਰੀਆਂ ਮੇਨ ਬਿਲਡਿੰਗਾਂ ਸੀ ਐਨ ਸੁਵਨ ਟਾਵਰ ਇਹਦੇ ਨੇੜੇ ਹੀ ਆ ਸਾਰੀਆਂ ਸਾਰਾ ਕੁਛ ਆਹ ਦੇਖੋ ਜੀ ਜਿੱਥੇ ਇੱਥੇ ਜਾਣਾ ਉਹ ਲਿਖਿਆ ਹੋਇਆ ਡੈਲਟਾ ਹੋਟਲ ਕਨਵੈਨਸ਼ਨ ਸੈਂਟਰ ਰੋਜਰ ਸੈਂਟਰ ਸੀ ਐਨ ਟਾਵਰ ਅਤੇ ਇੱਕ ਰਿਪਲਸ ਐਕੁਏਰੀਅਮ ਆਪਣਾ ਸੀ ਐਨ ਟਾਵਰ ਦਾ ਜਾਣ ਦਾ ਇਰਾਦਾ ਉਸ ਤੋਂ ਪਹਿਲਾਂ ਆਹ ਦੇਖੋ ਤੁਸੀਂ ਚੈੱਕਆਊਟ ਦਾ ਵਿਊ ਆ ਜਾਂਦੀ ਗੋ ਟ੍ਰੇਨ ਉਹ ਖੜ੍ਹੀ ਆ ਉਹ ਟ੍ਰੇਨ ਜਿਹੜੀ ਤੋਂ ਆਪਾਂ ਉਤਰੇ ਹਾਂ ਯੂਪੀ ਐਕਸਪ੍ਰੈਸ ਤਾਂ ਜਿਹੜੀ
यूपी एक्सप्रैस मतलब कि यूनियन पीयरसन एक्सप्रैस आ टोरंटो तो पीयरसन एयरपोर्ट तक तो पीयरसन एयरपोर्ट तो टोरंटो डाउनटाउन तक आँदी हैगी ठीक है। तो इतने आने का जोड़ा ये ट्रेन का खर्चा वो है साढ़े $9 लग जाते हैं $9.25 लग गया साढ़े मतलब पर परसन के आने तो जे बस से भी आने तो $9-9.5 खर्चा पै जाता तो ट्रेन पर आने तो $12 पैंता पर यह ट्रेन भी बहुत छेती आ जाती है अद्धे घंटे च पीयरसन एयरपोर्ट तो टोरंटो डाउनटाउन के बच्च आ जाती है ट्रेन। यह आ पूरे का पूरा यूनियन स्टेशन ते ओदे नाल दियां बिल्डिंग दा व्यू ठीक है। आपां टोरंटो दे डाउनटाउन दे विच ठीक है सारियां मेन बिल्डिंगां इत्थे पहलां तां इत्थों निकलीए यार बहुत वड्डा इह स्टेशन आ इत्थों पता नहीं लगदा किधर दी निकलना इधर दी निकलिआ होऊ वैसे इन्ना क तां पता हैगा ते तुहानूं निकल के बाहर दिखाउणे आ सारा माहौल। ये जो मैं ऐस करता हूँ मैं सोचता हूँ भी यार टोरंटो जावे है ना मेरा क्यों क्योंकि इस तो बाद जो मैं एरिया चूज करना ही पहले टोरंटो आने का मेरा इरादा सगा तो सोचता हूँ भी टोरंटो किड्डा तगड़ा हो कि घेंट हो है ना तो अच्छ जमा टोरंटो के मेन जगह पर खड़े जो डाउन टाउन है टोरंटो का तो ऐ लग रहा भी नॉर्मल जी लग रहा है जे तो आन सारी सीधे इतें ही आए होंगे डाउन टाउन के फिर तो बहुत खास लगना सी पर हूँ बहुत कुछ देख चुके हैं पर फिर भी खास तो लगता थोड़ा दिखा इतों के आसे पास रंग ढंग पर अब धुप बहुत आ पहला मौसम घेंट सगा सुबह दोपहर तक 3 बजे तक बदलवाई सी हूँ धुप फिर निकले तो बहुत तिखी धुप आ देखो जी आ कनेडा के असली रंग ढंग दुनिया दिन टॉप दिन सिटिया के एक आ टोरंटो तो जमा मेन जगह पर खड़े आप जिन्हों कहते डाउन टाउन टोरंटो डाउन टाउन तो आ देखो आ इतों की मशहूर जगह सी एन टावर जिन्हों कहते हैं सी एन टावर से आप जमा क्लोज खड़े हाँ ठीक है। जे तुम टोरंटो के वधिया वधिया नज़ारे देखने थोड़ा मुड़का आ गया टोरंटो के वधिया वधिया नज़ारे देखने तो इतने आ जी यूनियन स्टेशन है इतने उतर जाओ तो ट्रेन आँदी आ जी थोड़ा मैं दस चुका गा तो एयरपोर्ट तो जो आप ट्रेन फड़नी उ मास्क जरूर लेके आयो मास्क की बड़ी ड्रामेबाजी आ उ बिना वजह ही आखी अंदर रेंदे मास्क ला लो चक्कर ये आता मास्क मूस्क लैके आयो तो उस तो बाद कोई चक्कर नहीं गा ट्रेन के मास्क ला सकते इतने स्टेशन पर भी कुछ नहीं कहते वह थोड़ा एयरपोर्ट इस करके कहें क्योंकि बाहरों आते हैं टूरिस्ट वगैरह तो किसी को भी कोविड होया ना हो क्योंकि कई कंट्रिया कोविड की जी ज़्यादा फैलाव आ मतलब ज़्यादा बीमारी आ उस करके कहें उदू बाद कोई चक्कर नहीं पर इन्हों एक रूल पर चलना चाहिए क्योंकि ओंटारियो गवर्नमेंट ने कहता है भी कोई भी रिस्ट्रिक्शन नहीं जी कोविड की हम फॉलो करने की लड़ नहीं पता नहीं भी एयरपोर्ट में वो इनकलूड किया कि नहीं किया उसका एयरपोर्ट तो जरूरी हो चीज़ लो जी आ सी एन टावर आ गया जमा को खड़े हाँ आप सी एन टावर बहुत ज़्यादा उच्चा बई ये बैठिंग इधर भी घंट घंट अंदर चलते हैं पहला पुछ लिए किन्ने वड़न देंगे ये आ दिन $100 है एक बंदे का लो भी जे तो सस्ता है काम हो फिर तो बई असी अंदर जावे जे बाले महंगा काम है फिर नहीं अंदर अंदर जाते ठीक है। आ पता नहीं की कुछ लिखा पाया गा सी एन टावर तो खास ही बनाया किने होना सी एन टावर में यार एडा कड़ा पैसे वाला बंदा आ गया आ सी एन टावर के बिचों ही आ रहा है शायद आ चेक करो जी टोरंटो का माहौल किड्डा घेंट सिरा जा कम इधर सी एन टावर आ सामने इन तगड़िया तगड़िया बिल्डिंगा रॉजर्स सेंटर इतने शो शू लगते हैं मेरे हिसाब न वेखो उपर न लिफ्ट जाती जा रही है उपर न सी एन टावर से आखो आ असली कनेडा टोरंटो हाँ देखो आ असली कनेडा इतने गोरे ही गोरे दिसेंगे पंजाबी घट दिसेंगे जे ब्रैम्पटन जाओगे तो ब्रैम्पटन के पंजाबी लगेगा सानू कनेडा नहीं लगना देखो कि बड़ी स्क्रीन एक्वेरियम है इतने कैनेडा के कैनेडा का मतलब इतने जानवर वगैरह आप बिच बढ़ के कोलों देख सकते हैं लो जी असी सी एन टावर के कोले खड़ के थोड़िया मोटिया दो चार फोटो खिंचा एक अद्धी स्लो मोशन वीडियो भी बनाई है तो थोड़ा जहा मेरे नाल दे बंदे फोटोग्राफी स्किल्स थोड़ी तकड़ियाँ इस करके फोटो ठीक ठाक ही आई हैं वीडियो भी पता नहीं कि बनी अजे तक देखी नहीं लो जी अद्धे पता नहीं उधर दी चढ़ी जाते अद्धे कुत्ता
और भी देखते हैं कुछ परचेज टिकट्स, टिकट होल्डर्स, ऑब्जरवेशन 9 to 9, लंच टाइम 11:30 to 2:30, डिनर 4 to 10। लंच डिनर का की सब किताब मतलब खाने पीन का जो समान मिलता। एज वॉक भी है इतने एलिवेट सैलीब्रेट। अज थोड़ा टाइम बाई घट आ 5-6 बज गया तो सारा कुछ तो थानू फिर कदे दिखावे। एक्वेरियम भी जरूर देखना, तो सीएन टावर भी पता नहीं बच्चे जाया जाऊ कि नहीं, तो पर थोड़ी माड़ी मोटी जानकारी दे दें कि हिसाब किताब बनता। देखो जी गोरे गोरिया वादू इधरों आप पानी कड़ सकते हैं सिक्के सुके पा के। सिक्क्या वाला नहीं सिस्टम है, सीधा टैप वाला ही है। इधरों पानी दे ड्रिंक कड़ सकते हैं, इधरों कोक कड़ सकते हैं, स्प्राइट कड़ सकते हैं, कनेडा ड्राई। आही देख देख नज़ारा आई जाता है बेड़िया ही, कनेडा झंडा भी ला रखा पूरा। रॉजर सेंटर इतने वाहवा कुछ होंगे, इतने गेम गुम होंगे मेरे हिसाब न, लाइव कंसर्ट खाड़े खुड़े लगते हैं कलाकार। उधरों टिकट मिलती है, इधर द एग्जिट ओनली आ, मतलब कि एंट्रेंस वास्ते के आपां नूं लगना पैना जी लाइन के बिच। लाइन के बिच, लाइन के बिच एडी लंबी लाइन लगी हुई है टिकट वास्ते भाई टिकट्स। हाँ वारी वोरी इधर बई छेती आप दी नहीं थोड़ा टिकटा का, पर रेट दस दिने मैं दसी जाना पिछों टिकटा मिल दी जी। जेडे टिकटा रेट आस दिना मैं, $43 अडल्ट की जी कि सब तो ज्यादा महंगी हैगी। उस तो बाद जो आप आ जाने के सीनियर सिटीजन की वो $30 की, वह 65+ दे वास्ते आ। जे 14 to 64 तक थोड़ी एज आ ਤੁਸੀਂ ਅਡਲਟ ਹੋ ਮਤਲਬ ਕਿ ਤੁਹਾਡੀ ਏਜ ਫਿਰ ਇਸ ਹਿਸਾਬ ਨਾਲ ਤੁਹਾਡੀ ਜਿਹੜੀ ਟਿਕਟ ਆ ਉਹ $43 ਹੀ ਪਊਗੀ। ਜੇ 6 to 13 ਤੱਕ ਦੇ ਹੋ ਫਿਰ ਵੀ ਤੁਹਾਨੂੰ $30 ਆਉਣਗੇ, ਮਤਲਬ ਯੰਗ ਦੇ ਵਿੱਚ ਮੰਨਿਆ ਜਾਂਦਾ ਉਹਨੂੰ। ਅਤੇ ਚਿਲਡਰਨ ਦੀ ਜਿਹੜੇ ਕਿ 3 to 5 ਤੱਕ ਦੇ ਆ ਉਹਨਾਂ ਦੀ ਜਿਹੜੀ ਟਿਕਟ ਆ ਉਹ ਵੀ $30 ਹੈਗੀ। ਇੱਕ ਹੋਰ ਪੈਕੇਜ ਆਉਂਦਾ ਇੱਥੇ, ਉਹ ਹੈਗਾ $105 ਦਾ। ਉਹਦੇ ਨਾਲ ਆਪਾਂ ਸਿਟੀ ਦੀਆਂ 6 ਲੋਕੇਸ਼ਨਾਂ ਨੂੰ ਐਕਸੈਸ ਕਰ ਸਕਦੇ ਹਾਂ, ਜਿਵੇਂ ਐਕੁਏਰੀਅਮ ਆ, ਸੀਐਨ ਟਾਵਰ ਆ, ਅਤੇ 4 ਹੋਰ ਹੈਗੀਆਂ ਜਿਵੇਂ ਕਿ ਜੂ ਹੋ ਗਿਆ ਅਤੇ 2-3 ਹੋਰ ਹੈਗੀਆਂ। ਅਤੇ ਉਹ $105 ਦਾ ਹੈਗਾ ਅਡਲਟ ਵਾਸਤੇ, ਅਤੇ $72 ਦਾ ਹੈਗਾ ਚਾਈਲਡ ਵਾਸਤੇ ਮਤਲਬ ਬੱਚਿਆਂ ਵਾਸਤੇ। ਅਤੇ ਉਹ ਮੇਰੇ ਹਿਸਾਬ ਨਾਲ ਵੀ ਜੇ ਬੰਦੇ ਨੇ ਸਪੈਸ਼ਲੀ ਘੁੰਮਣਾ ਹੀ ਹੋਵੇ ਤਾਂ ਉਹ ਲੈ 'ਚ ਫਾਇਦਾ, 5-6 ਜਗ੍ਹਾ ਜਿਹੜੀਆਂ ਉਹ ਬੰਦਾ ਵੇਖ। ਥੋੜ੍ਹਾ ਮੋਟਾ ਏਰੀਆ ਹੋਰ ਦਿਖਾ ਦਈਏ, ਉਹ ਸਪਾਈਡਰਮੈਨ ਖੜ੍ਹਾ ਵਿਚਾਰਾ ਇੱਧਰ, ਪਤਾ ਨਹੀਂ ਕੀ ਮੱਛੀਆਂ ਰੱਖੀਆਂ ਪਈਆਂ ਉਹ ਵਿੱਚ ਜਵਾਬ ਦਿਆ ਕਰਦਾ। ਓ ਰੇਲ ਗੱਡੀ ਦਾ ਇੰਜਨ ਹੈਲੋ ਸਪਾਈਡਰ ਬਾਈ ਸਮ ਜਾਲਾ ਉੱਧਰ ਪਤਾ ਨਹੀਂ ਲੱਗਿਆਗਾ। ਮੈਨੂੰ ਪੁਰਾਣਾ ਰੇਲ ਗੱਡੀ ਦਾ ਇੰਜਨ ਅਤੇ ਡੱਬੇ ਡੁੱਬੇ ਖੜ੍ਹੇ ਹੈਗੇ। ਪਲੀਜ਼ ਸਪਾਈਡਰ ਮੈਨ ਆ, ਜਾਲਾ ਤਾਂ ਪਾਉਂਦਾ ਨਹੀਂ, ਮੈਂ ਜਾਲਾ ਆਖੇ ਉੱਧਰ ਪਾਇਆ ਹੀ ਨਹੀਂ ਇਹਨੇ। ਜੇ $5 ਦਈਏ ਫਿਰ ਜਾਲਾ ਪਾਊਗਾ ਇਹ ਉੱਧਰ। ਉਹ ਬਿਲਡਿੰਗ ਜੇ ਨਹੀਂ ਮਾਰ ਕੇ ਉਹ ਛਾਲ ਇਹ ਨਹੀਂ ਮਾਰਨੀ। ਇੰਡੀਆ ਵਾਲੀ ਚਿੜੀ ਵਿਖਾ ਦੇਗਾ ਦੇਖੋ, ਉੱਧਰ ਵੀ ਇੰਡੀਆ ਵਾਲੇ ਗੋਲੇ ਵਿਖਾ ਦੇਣੇ ਆ ਤੁਹਾਨੂੰ। ਹੈਲੋ ਹੈਲੋ, ਜ਼ਿਆਦਾ ਚੀਜ਼ਾਂ ਤੁਹਾਨੂੰ ਉਦੋਂ ਵਿਖਾਵਾਂਗੇ ਜਦੋਂ ਗੱਡੀ 'ਤੇ ਆਏ ਕਾਰ 'ਤੇ ਆਏ, ਕਿਉਂਕਿ ਟਾਈਮ ਥੋੜ੍ਹਾ ਅਤੇ ਫਿਰ ਐਂ ਜਲਦਬਾਜ਼ੀ ਦੇ ਵਿੱਚ ਸਾਰਾ ਕੁਝ ਵੇਖਣ ਦਾ ਕੋਈ ਫਾਇਦਾ ਨਹੀਂ ਗਾ, ਕਿਉਂਕਿ ਟਿਕਟਾਂ ਬਾਈ ਬਹੁਤ ਮਹਿੰਗੀਆਂ। ਸਪਾਈਡਰਮੈਨ ਕੀ ਕਰੀ ਜਾਂਦਾ ਵੀ ਚੱਕ ਲਈ ਉਹਨੇ ਤਾਂ। ਲਓ ਸਪਾਈਡਰਮੈਨ ਦੇ ਨਜ਼ਾਰੇ ਬੱਚੇ ਆ, ਵੀ ਖਿੱਚੀ ਜਾਂਦੀਆਂ ਉਹਦੀਆਂ, ਕਹਿੰਦਾ ਚੱਕ ਕੇ ਵਿਖਾ ਦੋ ਸਾਨੂੰ ਲੈ ਗੋਰੀਆਂ ਦੇ ਅਲੱਗ ਚੋਜ ਆ। ਆਹ ਮੋਟੀ ਜੀ ਨੂੰ ਨਾ ਕਿਤੇ ਚੱਕ ਲਈ ਭਰਾਵਾ, ਤੇਰਾ ਜ਼ਰੂਰ ਨਿਕਲਿਆ ਜਵਾਕਾਂ ਨੂੰ ਵੀ ਚੱਕ ਲੈਂਦਾ ਸਪਾਈਡਰ ਮੈਂ ਯਾਰ ਆ ਯਾਰਾਂ ਦਾ। Hey Spider-Man, hello. Oh hey, what's going on? How you doing? Yeah, can you put some jala there? What's put that? Some net. No, I gotta save that to get home. You know that, it's a long way to New York City. See you soon. Yeah, thank you.
ਤਾਂ ਬਾਈ ਨਕਲੀ ਸਪਾਈਡਰਮੈਨ ਆਪਣੀ ਗੱਲ ਹੋਈ ਮੈਂ ਉਹਨੂੰ ਆਖਿਆ ਉੱਧਰ ਜਾਲਾ ਜੂਲਾ ਪਾ ਵੀ ਨੈੱਟ ਮਤਲਬ ਕਿ ਨੈੱਟ ਮੈਨੂੰ ਤਾਂ ਜਾਲਾ ਹੀ ਹੁੰਦਾ ਕਿ ਜਾਲ ਹੀ ਹੁੰਦਾ ਵੈਸੇ ਐਗਜੈਕਟਲੀ ਯਾਰ ਮੈਂ ਭੁੱਲ ਗਿਆ ਉਹਨੂੰ ਕੀ ਕਹਿੰਦੇ ਆ ਯਾਰ ਜਿਹੜਾ ਸਪਾਈਡਰ ਮੱਕੜੀਆਂ ਜਿਹਨੂੰ ਪਾਉਂਦੇ ਉਹਨੂੰ ਇੰਗਲਿਸ਼ ਦੇ ਵਿੱਚ ਮੈਂ ਭੁੱਲ ਗਿਆ ਕੀ ਕਹਿੰਦੇ ਹੈਗੇ ਵੈਸੇ ਇੰਗਲਿਸ਼ ਵਧੀਆ ਹੁੰਦੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਨਾਲ ਅਤੇ ਸਪਾਈਡਰਮੈਨ ਕਹਿੰਦਾ ਵੀ ਨਿਊਯਾਰਕ ਜਾਣ ਵਾਸਤੇ ਕਹਿੰਦਾ ਮੈਨੂੰ ਉਹ ਜਾਲਿਆਂ ਦੀ ਲੋੜ ਪਊ ਤਾਂ ਬਚਾਏ ਆ ਕਹਿੰਦਾ ਜਿਹੜੇ ਹੱਥ 'ਚੋਂ ਨਿਕਲਦੇ ਆ ਅਤੇ ਝੂਠ ਮਾਰ ਰਿਹਾ ਜੀ ਸਾਰੇ ਸਰ ਪਹਿਲਾਂ ਇੱਥੇ ਇਹ ਜਿਹੀਆਂ ਰੇਲ ਗੱਡੀਆਂ ਚੱਲਦੀਆਂ ਸੀ ਕਿਹੇ ਆ ਇੰਜਣ ਆ ਅਤੇ ਜਿਹੜੀ ਸਾਬਵੇ ਰੇਲ ਗੱਡੀ ਆ ਬਈ ਉਹ ਵੀ ਇੱਥੇ ਹੀ ਚੱਲਦੀ ਆ ਪਰ ਉਹਦੇ ਵਿੱਚ ਮਤਲਬ ਤੁਹਾਨੂੰ ਫਿਰ ਕਿਤੇ ਯਾਰ ਚੜ੍ਹ ਕੇ ਦਿਖਾਵਾਂਗੇ ਉਸ ਤਾਂ ਅੱਜ ਹੀ ਚੜ੍ਹ ਕੇ ਵਿਖਾ ਦੇਈਏ ਕੋਈ ਵੱਡੀ ਗੱਲ ਨਹੀਂ ਵੈਸੇ ਅਤੇ ਦੇਖਦੇ ਹਾਂ ਕੀ ਕੋਈ ਹਿਸਾਬ ਕਿਤਾਬ ਆਹ ਦੇਖੋ ਆਹ ਸਾਈਕਲ ਆਪਾਂ ਇੱਥੋਂ ਰੈਂਟ 'ਤੇ ਸਾਈਕਲ ਲੈ ਸਕਦੇ ਹਾਂ ਇਹਨਾਂ ਦਾ ਕੋਈ ਹਿਸਾਬ ਕਿਤਾਬ ਇਹ ਆ ਕਿ 3.25 ਸਿੰਗਲ ਟ੍ਰਿਪ ਦੇ 30 ਮਿੰਟ ਸਟੇਸ਼ਨ ਟੂ ਸਟੇਸ਼ਨ ਟ੍ਰਿਪ ਜੇ ਸਟੇਸ਼ਨ ਟੂ ਸਟੇਸ਼ਨ ਜਾਣਾ $7 $24 ਦੇ ਆ ਅਨਲਿਮਿਟਡ 30 ਮਿੰਟ ਸਟੇਸ਼ਨ ਟੂ ਸਟੇਸ਼ਨ ਟ੍ਰਿਪਸ ਵਿਦ 24 ਘੰਟਿਆਂ ਦਾ ਪੀਰੀਅਡ ਠੀਕ ਹੈ ਅਤੇ ਉਸ ਤੋਂ ਬਾਅਦ ਆ $15 ਅਤੇ ਸਟਾਰਟਿੰਗ ਆ 99 ਪਤਾ ਨਹੀਂ ਆਪਣੇ ਕੋਈ ਮਤਲਬ ਦੀ ਗੱਲ ਨਹੀਂ ਪਰ ਤੁਹਾਨੂੰ ਦੱਸਤਾ ਵੀ ਇੱਥੋਂ ਸਾਈਕਲ ਆਪਾਂ ਰੈਂਟ ਕਰ ਸਕਦੇ ਹਾਂ ਜੇ ਟਰਾਂਟੋ ਘੁੰਮਣਾ ਤਾਂ ਠੀਕ ਹੈ ਉਹ ਗੋਰੀਆਂ ਵੇਲੋ ਸਾਈਕਲਾਂ ਸੁੰਕਲਾਂ ਦੇ ਕਿੱਧਰ ਚੜ੍ਹੀਆਂ ਫਿਰਦੇ ਹੁਣ ਆਹ ਇੰਜਨ ਇੱਧਰ ਸਾਈਡ 'ਤੇ ਖੜਾ ਰੱਖਿਆ ਘੈਂਟ ਜਿਹਾ ਕੰਮ ਆ ਵੀ ਤੁਹਾਨੂੰ ਦਿਖਾਉਣਾ ਵਧੀਆ ਆ ਬਈ ਟਰਾਂਟੋ ਦਾ ਬੜਾ ਵਧੀਆ ਸ਼ਹਿਰ ਆ ਬੜਾ ਵਧੀਆ ਏਰੀਆ ਆਪਾਂ ਨੂੰ ਪੂਰਾ ਸਿਰਾ ਲੱਗਿਆ ਉਹ ਜਦੋਂ ਇੰਜਨਾਂ ਉਂਜਨਾਂ ਚੜ੍ਹੀਆਂ ਨਹੀਂ ਜਾਂਦਾ ਇੱਥੇ ਤਾਂ ਵੇਖੋ ਯਾਰ ਕਿੰਨੀਆਂ ਘੈਂਟ ਤਕੜੀਆਂ ਬਿਲਡਿੰਗਾਂ ਫੋਨ ਦੀ ਬੈਟਰੀ ਰਹੇਗੀ ਵੀ 20% ਜਿੰਨੀ ਕੁ ਰਿਕਾਰਡਿੰਗ ਉਹੀ ਕਰ ਲਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਘਰੋਂ ਘਰ ਹੀ ਹੋਣਾ ਹੀ ਪੈਣਾ ਗਾ ਆਹ ਦੇਖ ਲਓ ਕੈਨੇਡੀਅਨ ਨੈਸ਼ਨਲ ਇੰਜਨ ਆਹ ਦੂਜਾ ਜਗਾੜ ਆ ਮਾਲ ਗੱਡੀ ਵਾਲਾ ਆਹ ਵੇਖੋ ਕੀ ਕੁਛ ਆ ਅਕੁਏਰੀਅਮ ਦਾ ਹੀ ਆ ਸਾਰਾ ਆਹ ਇਹਦੇ ਵਿੱਚ ਮਤਲਬ ਜਾਨਵਰ ਹੁੰਦੇ ਆ ਪਾਣੀ ਵਾਲੇ ਅਤੇ ਉਹ ਸ਼ੀਸ਼ੇ ਦੇ ਵਿੱਚ ਹੁੰਦਾ ਪਾਣੀ ਪਾ ਕੇ ਕੈਦ ਕੀਤੇ ਅਤੇ ਆਪਾਂ ਦੇਖ ਸਕਦੇ ਹੁੰਦੇ ਹਾਂ ਉਹਨਾਂ ਨੂੰ ਇਹ ਸਿਸਟਮ ਹੁੰਦਾ ਟਰਾਂਟੋ ਦਾ ਬਾਈ ਬਾਲਾ ਹੀ ਕੰਮ ਤਕੜਾ ਹੈ ਬਹੁਤ ਜਲਦ ਆਪਾਂ ਕਿਸੇ ਖਾਸ ਪਰਸਨ ਨਾਲ ਇੱਥੇ ਆਵਾਂਗੇ ਅਤੇ ਗੱਡੀ 'ਤੇ ਆਵਾਂਗੇ ਅਤੇ ਆਪਦੀ 'ਤੇ ਆਵਾਂਗੇ ਪਰ ਤੁਹਾਨੂੰ ਵੇਟ ਕਰਨੀ ਪੈਣੀ ਆ ਉਹਦੇ ਵਾਸਤੇ ਥੋੜ੍ਹਾ ਟਾਈਮ ਯੂ ਵਿਲ ਹੈਵ ਟੂ ਵੇਟ ਯਾਰ ਨਿਊਯਾਰਕ ਜਾਣਾ ਯਾਰ ਮਾੜਾ ਮੋਟਾ ਵਲੌਗ ਵਲੂਗ ਬਾਈ ਬਣ ਕੇ ਕਰਵਾ ਦਿਓ ਹਿੱਟ ਸ਼ੇਅਰ ਸ਼ੂਰ ਕਰ ਦਿਆ ਕਰੋ ਲਾਈਕ ਕਰ ਲਿਆ ਕਰੋ ਯਾਰ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਨੂੰ ਕਰ ਲਿਆ ਕਰੋ ਤੁਹਾਨੂੰ ਤਕੜੇ ਤਕੜੇ ਵਲੌਗ ਦਿਖਾ ਦਿਆਂਗੇ ਤੁਸੀਂ ਨਹੀਂ ਕਰਦੇ ਯਾਰ ਤੁਹਾਨੂੰ ਮੈਂ ਕਿੰਨੇ ਵਾਰੀ ਕਿਹਾ ਜਿਵੇਂ ਜਿਵੇਂ ਆਪਣੇ ਚੈਨਲ ਦੀ ਗਰੋਥ ਵਧੂ ਕੁਆਲਿਟੀ ਵਧੂ ਵੀ ਯਾਰ ਤੁਸੀਂ ਨਹੀਂ ਕਰਦੇ ਯਾਰ ਇਹ ਗਲਤ ਗੱਲ ਹੈ ਇਦੂ ਬਾਅਦ ਹਜੇ ਤੁਸੀਂ ਮਾੜਾ ਮੋਟਾ ਅਤੇ ਵਧੀਆ ਰਿਸਪੋਂਸ ਆਵੇ ਆਪਾਂ ਡਰੋਨ ਡਰੂਨ ਨਾਲ ਵੀਡੀਓ ਬਣਾਇਆ ਕਰਨੀਆਂ ਪੂਰੀਆਂ ਠੀਕ ਹੈ ਆਹ ਦੇਖੋ ਆ ਗਿਆ ਜੀ ਰੇਲ ਗੱਡੀ ਹੋਣੀ ਆ ਸਾਲੀ ਕੁੱਤੇ ਕੱਤੇ ਭੱਜੇ ਫਿਰਦੇ ਇੱਥੇ ਆਹ ਭਰਾ ਮੈਨੂੰ ਵੱਢ ਲਾ ਬਾਈ ਬਣ ਕੇ ਮੇਰੀ ਲੱਤ ਦੰਦੀ ਵੱਢ ਇਹ ਮੈਂ ਤਾਂ ਕਰਕੇ ਕਿਹਾ $10,000 ਮਿਲਦਾ ਇਹ ਕੁੱਤਾ ਵੱਢ ਲਵੇ ਕਿਸੇ ਦਾ ਆਪਾਂ ਨੂੰ ਵੇਖ ਲਓ ਅਤੇ 2000 ਮਹੀਨੇ ਦਾ ਕਮਾਈ ਦਾ ਅਤੇ 5 ਮਹੀਨੇ ਵਿਹਲੇ ਖਾਵਾਂਗੇ ਬੈਠੇ ਇਹਨੇ ਕਿੰਨਾ ਕੁ ਕੋਈ ਵੱਢ ਕੇ ਲੱਤ ਨੂੰ ਨੁਕਸਾਨ ਕਰ ਦੇਣਾ ਜੀ ਇੱਥੇ ਦਰਖਤ ਜੀ ਆ ਇੱਥੇ ਛਾਂ ਜੀ ਆ ਦਰਖਤਾਂ ਦੀ ਅਤੇ ਆਪਾਂ 2 ਮਿੰਟ ਇੱਥੇ ਬਹਿੰਦੇ ਹਾਂ ਫਿਰ ਮਾੜਾ ਮੋਟਾ ਡਗਰ ਕਰਾਂਗੇ ਇੱਥੇ ਘਰ ਤਾਂ ਆਪਾਂ ਅੱਜ ਰਾਤ ਨੂੰ ਹੀ ਜਾਣਾ ਇਹ ਗੱਲ ਆਪਾਂ ਮੈਥਲੀ ਆ ਉਸ ਕੇ ਇੱਥੇ ਕਪਲ ਬੈਠੇ ਆ ਠੀਕ ਆ ਆਪਾਂ ਉਹਨਾਂ ਨੂੰ ਡਿਸਟਰਬਿੰਗ ਨਹੀਂ ਕਰਨਾ ਪੂਰਾ ਵੀ ਆਏ ਦੋ ਗੱਲਾਂ ਕਰੀਏ ਸੋਹਣੀਏ ਨੀ ਦਰਖਤ ਦੀ ਛਾਵੇਂ ਦੋ ਗੱਲਾਂ ਕਰੀਏ ਸੋਹਣੀਏ ਨੀ ਦਰਖਤ ਦੀ ਛਾਵੇਂ ਕੈਸਾ ਲੱਗਾ ਮੇਰਾ ਗਾਣਾ ਵਧੀਆ ਗਾਣਾ ਸੀ ਭਰਾਵਾ ਇੰਨਾ ਵਧੀਆ ਜੋੜਿਆ ਆ ਦੇਖੋ ਇਹ ਕਿੰਨਾ ਹੀ ਵਧੀਆ ਵਿਊ ਇੱਥੋਂ ਦੀ ਥੱਲੇ ਉਤਰਿਆ ਜਾਂਦਾ ਭਾਈ ਵੇਖੋ ਇੰਨੇ ਕੁ ਐਂ ਜੇ ਰਾਹ ਵੇਚਦੀ ਆਪਾਂ ਥੱਲੇ ਉਤਰਾਂਗੇ ਅਤੇ ਵੇਖ ਲਓ ਪੂਰੇ ਵਿਊ ਦੇਖ ਲਓ ਇੱਥੇ ਵਿਊ ਵੇਖ ਲਓ ਲੈ ਇਹਨੂੰ ਕਹਿੰਦੇ ਜੀ ਕਨੇਡਾ ਇਹ ਆ ਕਨੇਡਾ ਪਰ ਇਹ ਗੱਲ ਮੈਨੂੰ ਵਧੀਆ ਲੱਗੀ ਇੱਥੇ ਵੀ ਏਅਰਪੋਰਟ 'ਚ ਲੋਕ ਨੋਰਮਲੀ ਤੁਰੇ ਫਿਰਦੇ ਆ ਕੋਈ ਪੁੱਛਦਾ ਦੱਸਦਾ ਨਹੀਂ ਆਪਣੇ ਤਾਂ ਇੰਡੀਆ ਏਅਰਪੋਰਟ ਦੇ ਨੇੜੇ ਨਾ ਲੱਗਣ ਦੇ ਨੋਰਮਲ ਬੰਦੇ ਨੂੰ ਹਨਾ ਓਏ ਆਪਣੇ ਤਾਂ ਇੰਡੀਆ ਏਅਰਪੋਰਟ 'ਤੇ ਰਿਸਟ੍ਰਿਕਸ਼ਨ ਬੜੀ ਆਪਣੇ ਜਹਾਜ਼ ਦੀ ਤਾਂ ਵੇਖਣ ਨੂੰ ਨਹੀਂ ਮਿਲਦਾ ਇੱਥੇ ਜਹਾਜ਼ ਜੂ ਜਾਮ ਹੀ ਖੜੇ ਹੁੰਦੇ ਏਅਰਪੋਰਟਾਂ ਜਿਵੇਂ ਮਰਜ਼ੀ ਦੇਖੀ ਚੱਲੋ ਘੈਂਟ ਆ ਕੰਮ ਮਤਲਬ ਇੱਥੇ ਵਧੀਆ ਗਾ ਸਿਸਟਮ ਪੂਰਾ ਓਹੋ 5X ਕਰਨਾ ਭੁੱਲ ਗਏ ਸੀ ਵੇਖੋ ਯਾਰ ਕਿੱਡੀਆਂ ਕੁ ਘੈਂਟ ਬਿਲਡਿੰਗਾਂ ਤਕੜੀਆਂ ਹਨਾ ਫੁੱਲ
ਇਹੋ ਕੁੱਤਾ ਮੈਂ ਵੀ ਇੰਡੀਆ ਦੇਖਿਆ ਹੋਇਆ। ਆਹ ਵੇਖੋ ਆਹ ਸਾਈਕਲ ਰੈਂਟ 'ਤੇ ਲੈ ਕੇ ਜਾ ਰਹੇ। ਇੱਥੇ ਹਰੇਕ ਦੂਜੇ ਤੀਜੇ ਬੰਦੇ ਦੇ ਹੱਥ 'ਚ ਕੁੱਤਾ ਜਾਂ ਜਵਾਕ। ਇੱਧਰ ਝਾੜ ਬੂਟਾ, ਇੱਧਰ ਬਿਲਡਿੰਗ ਬਿਲਡਿੰਗਾਂ ਸਿਰੇ ਸਿਰੇ। ਤਾਂ ਆਪਾਂ ਹੁਣ ਜਾ ਰਹੇ ਹਾਂ ਟਿਮ 'ਤੇ, ਭੁੱਖ ਬਹੁਤ ਲੱਗੀ ਆ, ਉਹਨਾਂ ਕੋਲ ਖਾ ਕੇ ਆਵਾਂਗੇ। ਊਂ ਤਾਂ ਕੁਝ ਪਤਾ ਨਹੀਂ ਟਿਮ ਕਿੱਥੇ ਆ, ਪਰ ਭਲਾ ਹੋਵੇ ਗੂਗਲ ਮੈਪ ਵਾਲਿਆਂ ਦਾ ਜਿਨ੍ਹਾਂ ਨੇ ਜ਼ਿੰਦਗੀ ਦਾ ਰਸਤਾ ਵਿਖਾਇਆ, ਅਤੇ ਸਾਰਾ ਬੰਦਾ ਘੁੰਮ ਘੁੰਮ ਆ ਹੀ ਸਕਦਾ ਇੱਥੇ ਨਜ਼ਾਰਾ। ਇਸ ਗੱਲੋਂ ਇੱਥੇ ਦੇਖਣਾ ਬੰਦਾ ਤੜਕੇ 7 ਵਜੇ ਆਵੇ, ਗੱਡੀ ਆਪਦੀ ਹੋਵੇ, 4-5 ਜਣੇ ਨਾਲ ਹੋਣ, ਰੱਜ ਪੁੱਜ ਕੇ ਅਤੇ 8 ਦੇ 7 ਰਾਤ ਦੇ 10 ਵਜੇ ਤੱਕ ਘੱਟ ਇੱਥੇ ਹੋਵੇ। ਦੂਜੇ ਪਾਸੇ ਜਾਣ ਵਾਸਤੇ ਆਹ ਨੱਪਣਾ ਪਊਗਾ ਨੱਪਤਾ, ਉੱਧਰ ਜਾਣਾ ਆਪਾਂ, ਉੱਧਰ ਟਿਮ। ਕੋ ਫੋਲੀ ਫੋਲਿਆ ਰੈਸਟੋਰੈਂਟ ਦੇ ਨਾਲ ਕਹਿੰਦੇ ਸੀ ਯਾਰ ਹੈਂ ਰੋਮਾ, ਕਹਿੰਦੇ ਤਕੜੀਆਂ ਗੱਡੀਆਂ ਵਾਸਤੇ ਮੰਨਿਆ ਗਿਆ। ਅਤੇ ਆਹ ਦੇਖ ਲਓ ਲਿਮੋਜਨ ਖੜੀ ਆ ਮੇਰੇ ਵੀਰੋ, ਵੇਖ ਲਓ ਆਹ ਦੇਖੋ ਯਾਰ ਸ਼ਹਿਰ ਦਾ ਨਜ਼ਾਰਾ, ਪੂਰਾ ਘੈਂਟ ਕੰਮ ਸਿਰਾ ਜਿਹਾ ਕੰਮ ਹੈਗਾ। ਇੱਥੋਂ ਲੱਗਦਾ ਪਤਾ ਵੀ ਕਨੇਡਾ ਯਾਰ, ਵੀ ਬਾਹਰਲੀ ਕੰਟਰੀ ਆ। ਉਹ ਬਰੈਂਪਟਨ ਦੇ ਵਿੱਚ ਤਾਂ ਸਾਲਾ ਪੰਜਾਬੀ ਪੰਜਾਬੀ, ਉੱਥੋਂ ਨਾ ਕੋਈ ਉੱਥੇ ਤਕੜਾ ਜਿਹਾ ਕੰਮ ਆ, ਅਤੇ ਉਹ ਨਹੀਂ ਐਡਾ ਕੋਈ। ਆਹ ਵੇਖ ਲਓ ਆਹ ਬਿਲਡਿੰਗਾਂ ਦਾ ਸ਼ੀਸਾ ਹੀ ਸ਼ੀਸਾ ਥੱਪਿਆ, ਇਹਦਾ ਇੱਕ ਸ਼ੀਸੇ ਦਾ ਮੁੱਲ ਮੈਨੂੰ ਮਹੀਨਾ ਬੈਠ ਕੇ ਖਾਈ ਜਾਂਦਾ। ਇੰਨਾ ਪਤਾ ਨਹੀਂ ਯਾਰ ਕਿੱਥੋਂ ਪੈਸਾ ਲਿਆਉਂਦਾ ਕਿਸੇ ਨੇ, ਹੁਣ ਜਮਾ ਹੀ ਨਹੀਂ। ਆਹ ਦੇਖੋ ਯਾ ਆਹ ਕੀ ਕੁਛ ਹੈ, ਉਹ ਮੇਰੇ ਵੀਰੋ ਕਿੰਨੀ ਵਧੀਆ ਬਿਲਡਿੰਗ, ਰੋਇਲ ਯਾਰਕ ਕੋ ਪਤਾ ਨਹੀਂ ਬਾਈ ਕਾਹਦੇ ਬੁੱਤ ਆ, ਕੋਈ ਖਿਡਾਰੀ ਦਿਖਾਏ ਗਏ ਹੈਗੇ ਖੇਡਣ ਵਾਲੇ, ਆਈ ਥਿੰਕ ਆਈਸ 'ਤੇ ਜਿਹੜੇ ਸਕੇਟਿੰਗ ਵਗੈਰਾ ਕਰਦੇ ਆ, ਉਹ ਗੇਮ ਜੀ ਦਾ ਕੋਈ ਹਿਸਾਬ ਕਿਤਾਬ ਲੱਗਦਾ। ਪੂਰਿਆਂ ਨੂੰ ਪੁੱਛਿਆ ਵੀ ਇਹਨਾਂ ਦੇ ਜਿਹੜੇ ਇੱਥੇ ਸਟੈਚੂ ਕਿਉਂ ਲੱਗਿਆ, ਤਾਂ ਉਹ ਕਹਿੰਦੇ ਵੀ ਇਹ ਫੇਮਸ ਪਲੇਅਰ ਆ ਆਈਸ ਹੋਕੀ ਦੇ, ਅਤੇ ਇਸ ਕਰਕੇ ਵੀ ਜਿਹੜਾ ਇਹਨਾਂ ਦੇ ਇੱਥੇ ਸਟੈਚੂ ਲੱਗੇ ਹੋਏ ਹੈਗੇ, ਕੀ 3 ਖੰਭੇ ਜੇ ਖੜ੍ਹੇ ਕਰ ਰੱਖਿਆ ਬਿੱਲ ਬੋਰਡ ਇਹਨੂੰ ਕਹਿੰਦੇ ਆ। ਕਿੱਡੀ ਵੱਡੀ ਸਕਰੀਨ ਦੇਖੋ, ਕਨੇਡਾ ਦਾ ਅਤੇ ਅਮੈਰੀਕਾ ਦਾ ਝੰਡਾ ਲੱਗਿਆ, ਇੱਥੋਂ ਪਤਾ ਲੱਗਦਾ ਦੋਨੇ ਇਕੱਠੀਆਂ ਹੋ ਕੇ ਚੱਲਦੀਆਂ ਕੰਟਰੀਆਂ। ਆਹ ਜਿਹੜੀ ਐੱਸ ਦਾ ਲੋਗੋ ਹੈ, ਸਕੋਸ਼ੀਆ ਬੈਂਕ, ਜਿਹੜੀ ਦੇ ਵਿੱਚ ਮੇਰਾ ਵੀ ਖਾਤਾ ਹੈਗਾ, ਵੈਸੇ ਦੱਸਣੀ ਨਹੀਂ ਚਾਹੀਦੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਆ। ਚਲੋ ਫਿਰ ਵੀ ਤੁਹਾਨੂੰ ਮੈਂ ਦੱਸ ਦਿੰਦਾ, ਮੇਰੇ ਖਾਤੇ ਪੈਸਾ ਜ਼ਿਆਦਾ ਕਢਾ ਲਏ, ਕੋਈ ਚੱਕਰ ਨਹੀਂ। ਆਹ ਦੇਖੋ ਚਿੱਟੀ ਚਿੱਟੀ ਬਿਲਡਿੰਗ ਕਿੰਨੀ ਵਧੀਆ। ਜਿਹੜੇ ਪਲੇਅਰ ਸੀਗੇ ਜੀ, ਇਹ ਮੈਪਲ ਲੀਫ ਵੱਲੋਂ ਖੇਡਦੇ ਸੀਗੇ, ਉਹ ਸਾਹਮਣੇ ਲਿਖਿਆ ਵੀ ਆ ਹਾਕੀ ਖੇਡਦੇ ਜੀ, ਆਈਸ ਹਾਕੀ ਖੇਡਦੇ ਸੀਗੇ, ਉਹਨਾਂ ਦੇ ਪਲੇਅਰਾਂ ਦੇ ਇਹ ਸਟੈਚੂ ਆ। ਇਹ ਆ ਜੀ ਟੋਰਾਂਟੋ ਦਾ ਸ਼ਾਮ ਦਾ ਵਿਊ, ਦੇਖੋ ਕਿੰਨਾ ਕਹਿੰਦੇ ਆ ਸਿਰਾਈ ਚੀਜ਼ ਆ, ਹਵਾ ਚੱਲ ਰਹੀ ਆ, ਠੰਡੀ ਠੰਡੀ ਬੱਦਲਵਾਈ ਹੋਈ ਆ, ਥੋੜ੍ਹੀ ਥੋੜ੍ਹੀ ਧੁੱਪ ਆ, ਪੂਰਾ ਘੈਂਟ ਮਾਹੌਲ ਜਿਹਨੂੰ ਕਹਿ ਦਿੰਦੇ ਉਹ ਆ। ਆਹ ਦੇਖੋ ਬਈ ਕਿੰਨਾ ਘੈਂਟ ਵਿਊ, ਤਕੜੀਆਂ ਤਕੜੀਆਂ ਬਿਲਡਿੰਗਾਂ, ਝੰਡੇ ਲੱਗੇ ਹੋਏ। ਹੁਣ ਆਪਾਂ ਜਾ ਰਹੇ ਹਾਂ ਟਿਮ ਹੋਟਲ, ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਸੀ, ਉਹਨਾਂ ਕੋਲ ਖਾਵਾਂਗੇ ਕੌਫੀ ਕੂਫੀ ਪੀਵਾਂਗੇ, ਫਿਰ ਚੱਲਦੇ ਹਾਂ ਘਰ ਨੂੰ, ਕਿਉਂਕਿ ਫੋਨ ਦੀ ਬੈਟਰੀ ਦੇ 14%। ਚਲੋ ਤੁਸੀਂ ਬਿਲਡਿੰਗਾਂ ਬਿਲਡਿੰਗਾਂ ਯਾਰ, ਟੋਰਾਂਟੋ ਦੇ ਵਿੱਚ ਭਰਿਆ ਪਿਆ ਤਕੜੀਆਂ ਤੋਂ ਤਕੜੀਆਂ ਬਿਲਡਿੰਗਾਂ ਨਾਲ। ਇਹ ਲੋਕ ਇਹ ਜੀ ਬਿਲਡਿੰਗ ਗੋਲਡਨ ਜੇ ਕਲਰ ਦੀ ਉੱਕੇ ਬਿਲਡਿੰਗ ਹੀ ਆ, ਬਿਲਡਿੰਗਾਂ ਹੀ ਬਿਲਡਿੰਗਾਂ ਹੋਈਆਂ ਪਈਆਂ। ਟਿਮ 'ਚ ਆਪਾਂ ਜਾਣਾ ਹੈ, ਇੱਥੋਂ ਜਾਵਾਂਗੇ। ਵੀ ਆਰ ਹਾਇਰਿੰਗ, ਲੱਗਣਾ ਕਹਿੰਦੇ ਟਿਮ 'ਚ ਤਾਂ ਦੱਸ ਦਿਓ, ਇੰਡੀਆ ਤੋਂ ਸੱਦ ਲਾਂਗੇ। ਲਓ ਜੀ ਆਪਾਂ ਇੱਕ ਲੈ ਲਈ ਆ ਕੌਫੀ, 2 ਕਰਾਇਆ ਰੈਪ ਟਿਮ ਤੋਂ। ਲਓ ਵੀ ਸ਼ਾਮ ਦੇ 6:30 ਹੋ ਚੁੱਕੇ ਆ, ਅਤੇ ਫੋਨ ਦੀ ਬੈਟਰੀ ਵੀ ਲੋ ਹੋ ਚੁੱਕੀ ਅਤੇ ਆਪਣੀ ਬੈਟਰੀ ਲੋ ਹੋ ਚੁੱਕੀ ਆ। ਹੁਣ ਆਪਾਂ ਜਾਂਦੇ ਹਾਂ ਘਰੇ, ਜਾਂਦੇ ਤੁਹਾਨੂੰ ਵਿਖਾ ਦਿੰਦੇ ਹਾਂ ਟੋਰਾਂਟੋ ਦਾ ਵਿਊ, ਉਹ CN ਟਾਵਰ, ਮੇਨ ਬਿਲਡਿੰਗਾਂ। ਆਹ ਦੇਖ ਲਓ ਗੋਲਡਨ ਕਲਰ ਦੀ ਬਿਲਡਿੰਗ ਆ, ਉਹ ਘੈਂਟ ਆ, ਰਾਤ ਨੂੰ ਆ ਯੂਨੀਅਨ ਸਟੇਸ਼ਨ ਹੋਏਗਾ ਕਿੱਡਾ ਤਕੜਾ। ਚਲੋ ਹੁਣ ਆਪਾਂ ਚੱਲਦੇ ਹਾਂ ਅੰਦਰ ਅਤੇ ਟ੍ਰੇਨ ਫੜਦੇ ਹਾਂ ਬਈ ਯੂਨੀਅਨ ਸਟੇਸ਼ਨ ਅੰਦਰੋਂ, ਕਿੱਡਾ ਘੈਂਟ ਆ, ਕਿੰਨੀਆਂ ਕੰਟਰੀਆਂ ਦੇ ਇੱਥੇ ਝੰਡੇ ਲੱਗੇ ਹੋਏ ਆ। ਕਰ ਰਹੇ ਹਾਂ ਜੀ ਆਪਾਂ ਘਰ ਵਾਪਸੀ, 6:30 ਟ੍ਰੇਨ ਚੱਲੀ ਹੈਗੀ ਟੋਰਾਂਟੋ ਦਾ ਜਿਹੜਾ ਯੂਨੀਅਨ ਸਟੇਸ਼ਨ ਹੈਗਾ ਉੱਥੋਂ, ਮੇਰੇ ਹਿਸਾਬ ਨਾਲ 7 ਵਜੇ ਨੂੰ ਇਹ ਪਹੁੰਚ ਜੂਗੀ ਉੱਥੇ ਪੀਅਰਸਨ ਏਅਰਪੋਰਟ। 15 ਮਿੰਟ ਬਾਅਦ ਬੱਸ ਮਿਲੂ ਅਤੇ ਉਦੋਂ ਬਾਅਦ ਆਪਾਂ ਘਰ ਪਹੁੰਚ ਜਾਏ ਕੁੱਲ ਮਿਲਾ ਕੇ ਵੀ 8:30 ਵਜੇ ਦੇ ਆਸ ਪਾਸ ਨੂੰ। ਕੋਈ ਇਹ ਸੀਗਾ ਜੀ ਕਨੇਡਾ ਦੀ ਟ੍ਰੇਨ ਦਾ ਬਲੌਗ, ਤੁਹਾਨੂੰ ਅੱਜ ਟ੍ਰੇਨ ਦਿਖਾਈ ਕੈਨੇਡਾ ਦੀ, UP ਐਕਸਪ੍ਰੈਸ ਯੂਨੀਅਨ ਪੀਅਰਸਨ ਐਕਸਪ੍ਰੈਸ, ਅਤੇ ਤੁਹਾਨੂੰ ਟੋਰਾਂਟੋ ਡਾਊਨ ਟਾਊਨ ਦਿਖਾਤਾ, CN ਟਾਵਰ, ਐਕੁਏਰੀਅਮ ਦਿਖਾਤਾ, ਇੰਨਾ ਕੁਛ ਦਿਖਾ ਸਕੇ ਦਿਖਾਤਾ, ਪੂਰਾ ਟਾਈਮ ਘੱਟ ਸੀ। ਅੱਗੇ ਜਦੋਂ ਵੀ ਆਵਾਂਗੇ ਆਪਦੀ ਗੱਡੀ 'ਤੇ ਆਵਾਂਗੇ, ਕਾਰ 'ਤੇ, ਇਹ ਕਾਰ 'ਤੇ ਹੁਣ ਵੀ ਆ ਸਕਦੇ ਸੀ, ਹੁਣ ਟ੍ਰੇਨ 'ਤੇ ਤਾਂ ਆਏ ਸੀ ਕਿਉਂਕਿ ਮੈਨੂੰ ਕਿਸੇ ਨੇ ਕਿਹਾ ਸੀ ਕਮੈਂਟ ਦੇ ਵਿੱਚ ਕਿ ਟ੍ਰੇਨ ਦਿਖਾਓ ਕੈਨੇਡਾ ਦੀ, ਇਸ ਕਰਕੇ ਵਲੌਗ ਬਣਾਇਆ ਸੀਗਾ ਟ੍ਰੇਨ ਦਾ ਅੱਜ।
ਭਾਜੀ ਕੈਨੇਡਾ ਦੀ ਅਤੇ ਜਿਹੜੀ ਇੰਡੀਆ ਦੀ ਟ੍ਰੇਨ ਆ ਉਹਦੇ 'ਚ ਫਰਕ ਸਿਰਫ ਇੰਨੇ ਕੁ ਨਾ ਸੀਟਾਂ ਵਧੀਆ, ਇੱਕ ਤਾਂ ਕੈਮਰੇ ਲੱਗੇ ਹੋਏ ਆ, ਏਸੀ ਵਧੀਆ ਵਰਕ ਕਰਦੇ ਏਸੀ ਟ੍ਰੇਨਾਂ 'ਤੇ, ਵੈਸੇ ਇੰਡੀਆ ਦੇ ਵਿੱਚ ਵੀ ਹੈ ਤਾਂ ਪਰ ਉਹਨਾਂ ਨਾਲ ਥੋੜ੍ਹੀ ਬੈਟਰ ਆ, ਐਡਾ ਕੋਈ ਬਾਹਲਾ ਖਾਸ ਫਰਕ ਨਹੀਂ ਗਾ, ਪਰ ਕਿਰਾਇਆ ਬਹੁਤ ਹੈ ਇੱਥੋਂ ਦੀਆਂ ਟ੍ਰੇਨਾਂ ਦਾ। ਜਿਵੇਂ ਇੰਡੀਆ ਦੇ ਵਿੱਚ ਟ੍ਰੇਨਾਂ ਬੱਸਾਂ ਨਾਲੋਂ ਬਹੁਤ ਜ਼ਿਆਦਾ ਸਸਤੀਆਂ, ਇੱਥੇ ਟ੍ਰੇਨਾਂ ਦਾ ਜਿਹੜਾ ਕਿਰਾਇਆ ਉਹ ਬੱਸਾਂ ਦੇ ਬਰਾਬਰ ਹੀ ਆ, ਅਤੇ ਜੇ ਆਪਾਂ ਗੱਡੀ ਦੇ ਨਾਲ ਕਿਰਾਏ ਦਾ ਕੰਪੈਰੀਜ਼ਨ ਕਰੀਏ ਤਾਂ ਵੀਹ ਤੋਂ ਵੀ ਜ਼ਿਆਦਾ, 25-26 ਡਾਲਰ ਆ ਜਿਹੜੇ, ਜੇ ਟੋਰਾਂਟੋ ਆ ਕੇ ਆਪਾਂ ਬਰੈਂਪਟਨ ਵਾਪਸ ਆਉਣਾ ਤਾਂ ਲੱਗ ਜਾਂਦਾ ਆਪਣੇ, ਜੇ ਆਪਾਂ ਟ੍ਰੇਨ 'ਤੇ ਆਈਏ ਅਤੇ ਬੱਸਾਂ 'ਤੇ ਆਈਏ, ਜੇ ਆਪਾਂ ਗੱਡੀ 'ਤੇ ਆਉਂਦੇ ਹਾਂ ਤਾਂ ਗੱਡੀ ਦੇ ਵਿੱਚ $25 ਦਾ 12 ਲੀਟਰ ਤੇਲ ਪੈ ਜਾਂਦਾ, ਜਿਹਦੇ ਨਾਲ ਕਿ ਅਪਰੋਕਸੀਮੇਟਲੀ ਗੱਡੀ 12 ਕੁ ਦੀ ਐਵਰੇਜ ਦਿੰਦੀ ਆ, ਅਤੇ ਬਾਹਰੋਂ ਬਾਹਰ 144, ਟੋਰਾਂਟੋ ਆ 40 ਕਿਲੋਮੀਟਰ, ਦੋ ਗੇੜੇ ਮਤਲਬ ਕਿ ਕਾਰ ਆ ਜਿਹੜੀ ਉਹਨੇ ਤੇਲ ਨਾਲ ਲਾ ਸਕਦੀ ਆ ਟੋਰਾਂਟੋ ਦੇ, ਜਿੰਨੇ 'ਚ ਆਪਾਂ ਟ੍ਰੇਨ 'ਤੇ ਆ ਕੇ ਟੋਰਾਂਟੋ ਤੋਂ ਵਾਪਸ ਬਰੈਂਪਟਨ ਜਾਣਾ ਹੁੰਦਾ ਗਾ, ਤਾਂ ਇੱਥੇ ਮਤਲਬ ਟ੍ਰੇਨ ਵਾਲਾ ਸੌਦਾ ਜਿਹੜਾ ਉਹ ਜ਼ਿਆਦਾ ਮਹਿੰਗਾ ਗਾ ਕੁਛ, ਪਰ ਇਹ ਆ ਵੀ ਪਹੁੰਚਾ ਜਲਦੀ ਦਿੰਦੀ ਆ, ਜਿੰਨੇ ਟਾਈਮ 'ਚ ਕਾਰ ਜਾਂਦੀ ਆ ਉਨੇ ਟਾਈਮ ਉਹ ਜਦੋਂ ਕਿਤੇ ਟਾਈਮ ਛੇਤੀ ਜਾ ਵੜਦੀ ਹੈ ਜਿਹੜੀ ਟ੍ਰੇਨ ਆ, ਕਿਉਂਕਿ ਟੋਰਾਂਟੋ ਦੇ ਵਿੱਚ ਟ੍ਰੈਫਿਕ ਬਹੁਤ ਹੁੰਦਾ ਗਾ, ਤੇਜ਼ ਬੱਤੀਆਂ ਬੱਤੀਆਂ ਜ਼ਿਆਦਾ ਪੈਂਦੀਆਂ, ਬਾਕੀ ਇੱਕ ਟ੍ਰੇਨ ਦੇ ਵਿੱਚ ਇੱਕ ਸਹੂਲਤ ਆ, ਜੇ ਤੁਹਾਨੂੰ ਗੱਡੀ ਘੱਟ ਚਲਾਉਣੀ ਆਉਂਦੀ ਆ, ਨਵਾਂ ਲਾਇਸੈਂਸ ਮਿਲਿਆ ਹੋਇਆ ਤਾਂ ਕਾਰ 'ਤੇ ਆਪਾਂ ਨੂੰ ਡਰ ਹੁੰਦਾ ਕਿ ਮਤਲਬ ਕਿ ਬਹੁਤ ਸਾਰੇ ਡਾਕਟਰ ਆਉਂਦੇ ਨੇ ਚਲਾਨ ਨਾ ਕਰਦੇ, ਤੁਹਾਨੂੰ ਟ੍ਰੇਨ 'ਤੇ ਜੇ ਆਉਂਦੇ ਆ ਉਹਦਾ ਉਹ ਚੱਕਰ ਨਹੀਂ ਕਰੇਗਾ, ਅਤੇ ਬਾਕੀ ਮੇਰੇ ਹਿਸਾਬ ਨਾਲ ਕਾਰ 'ਤੇ ਆਉਣਾ ਜ਼ਿਆਦਾ ਕਨਵੀਨੀਅੰਟ ਅਤੇ ਸਸਤਾ ਗਾ, ਜੇ ਆਪਾਂ ਟੋਰਾਂਟੋ ਆਉਣਾ ਆਪਣੇ ਕੋਲ ਆਪਣੀ ਪਰਸਨਲ ਕਾਰ ਹੈਗੀ ਹੈ। ਆਪਾਂ ਵਾਪਸ ਆ ਚੁੱਕੇ ਹਾਂ ਟੋਰਾਂਟੋ ਪੀਅਰਸਨ ਏਅਰਪੋਰਟ 'ਤੇ, ALT ਹੋਟਲ ਆ ਗਿਆ, ਆ ਦੇਖੋ ਕੋਈ ਟਰੱਕ ਹੀ ਟਰੱਕ ਖੜ੍ਹਿਆ, ਟ੍ਰੇਲਰ ਹੀ ਟ੍ਰੇਲਰ ਖੜ੍ਹਿਆ, ਟਰਾਲੇ ਟਰਾਲੇ, ਉਹ ਦੇਖੋ ਕਿੰਨੀ ਦੂਰ ਤੱਕ, ਉਹ ਵੇਖੋ ਇੱਕ ਰੇਲ ਗੱਡੀ ਲੈਣ ਉੱਧਰ ਦੀ ਜਾਂਦੀ ਆ, ਉਹ ਟ੍ਰੇਨ ਆਈ ਵੀ ਜਾਂਦੀ, ਉਹ ਦੇਖੋ ਜਹਾਜ਼ ਖੜ੍ਹਿਆ, ਜਹਾਜ਼ ਜਹਾਜ਼ੀ ਹੋਇਆ ਪਿਆ ਕੰਮ, ਏਅਰ ਕੈਨੇਡਾ ਦੀ ਖੜ੍ਹਿਆ ਇੱਧਰ ਤਾਂ ਜ਼ਿਆਦਾ, ਅਤੇ ਕਾਹ ਖੜ੍ਹੀ ਆ ਜਾਣ ਵਾਲੀ ਉੱਧਰ ਨੂੰ, ਵੀ ਆਪਾਂ ਪਹੁੰਚ ਚੁੱਕੇ ਹਾਂ, ਆਪਾਂ ਉਤਰਨਾ ਹੀ ਆ ਇੱਥੋਂ, ਟ੍ਰੇਨ 'ਚ ਜਿਹੜਾ ਮੇਰੇ ਵਾਲੀ ਸੀਟ 'ਤੇ ਵੀਰ ਨੇ ਜੀ ਸਮਾਨ ਰੱਖੀ ਬੈਠੀ ਸੀਗੀ ਆਪਦਾ, ਮੈਂ ਇਹਨੂੰ ਆਖਿਆ ਮੈਂ ਕਿਹਾ ਚੱਕ, ਆਹੀ ਜੀ ਨਣੀ ਸੀ ਜਿਹੜੀ ਮੇਰੇ ਮੂਹਰੇ ਖੜ੍ਹੀ ਆ, ਆਪਦਾ ਸਮਾਨ ਰੱਖੀ ਬੈਠੀ ਸੀਟ ਦੇ ਉੱਤੇ, ਮੈਂ ਉੱਧਰ ਰੱਖਿਆ ਪਰਾਂ, ਆਵੇ ਇੱਥੋਂ ਚੱਕਿਆ ਸਮਾਨ, ਲਓ ਜੀ ਆਪਾਂ ਹੁਣ ਆ ਗਏ ਟੋਰਾਂਟੋ ਪੀਅਰਸਨ ਏਅਰਪੋਰਟ 'ਤੇ।